सत श्री अकाल जी। अज की वीडियो में अपन तुहानू जिवें कि लुधियाने मेले दी वीडियो दिखा रहे हैं, तो इस तरह ही एक वीडियो विखा रहे हैं जो धरती दे विच सीधा पानी पाउण दी बजाए एक इत्थे सिस्टम बनिया होया धरती दे पानी नू रीचार्ज करने लई। आपां जानदे हां दे विच किस तरह काम करदा है। सर अपना रेन वाटर हार्वेस्टिंग दा प्रोजेक्ट है। हाँ जी, जिहड़ा अपना मीह दा पानी हुंदा सर ਉਹ ਆਪਣਾ ਫਿਲਟਰ ਹੋਣ ਤੋਂ ਬਾਅਦ ਸਰ ਇਸ ਪਿੰਡ ਦੇ ਵਿੱਚ ਜਾਂਦਾ ਵਾ। ਆਪਾਂ ਫਿਲਟਰ ਹੈ ਇਹ ਆਪਣਾ ਛਾਨਣਾ ਵਾ ਜੋ ਫਿਲਟਰ ਦੇ ਵਾਸਤੇ ਯੂਜ਼ ਹੁੰਦਾ ਸਰ। ਇਹ ਸਭ ਤੋਂ ਉੱਪਰ ਹੁੰਦਾ ਜਾਂ ਇਸ ਤੋਂ ਉੱਪਰ ਵੀ ਕੁਝ ਹੋਰ ਵੀ ਲੱਗੂਗਾ? ਸਰ ਪਿੱਟ ਬਣਦੇ ਆ ਸਰ, ਦੋ ਪਿੱਟ ਬਣਦੇ ਆ। ਆਪਣਾ ਡਿਸਿਲਡਿੰਗ ਚੈਂਬਰ ਹੁੰਦਾ ਵਾ ਤੇ ਦੂਜਾ ਇੰਪਟ ਇੰਜੈਕਸ਼ਨ ਬਨ ਹੁੰਦਾ। ਠੀਕ ਹੈ ਠੀਕ ਹੈ ਸਰ। ਤੋਂ ਪਾਈਪਲਾਈਨ ਤੋਂ ਜਦੋਂ ਪਾਣੀ ਆਊਗਾ ਸਰ ਉਹ ਓਵਰਫਲ ਹੋ ਕੇ ਇਸ ਪਿੰਡ ਦੇ ਵਿੱਚ ਆਊਗਾ। ਓਕੇ, ਪਹਿਲੇ ਪਿੰਡ ਤੋਂ ਬਾਅਦ ਤੇ ਇਸ ਪਿੰਡ ਤੋਂ ਸਰ ਬੋਰ ਲੱਗਿਆ ਹੁੰਦਾ, ਇਸ ਪਿੰਡ ਦੇ ਵਿੱਚ ਬੋਰ ਲੱਗਿਆ ਹੁੰਦਾ ਵਾ। ਪਾਣੀ ਇਸ ਤੋਂ ਫਿਲਟਰ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਗ੍ਰੇਵਲ ਤੇ ਪੇਬਲਸ। ਪਾਣੀ ਇਸ ਤੋਂ ਫਿਲਟਰ ਹੋਣ ਤੋਂ ਬਾਅਦ ਥੱਲੇ ਜ਼ਮੀਨ ਦੇ ਵਿੱਚ ਆਊਗਾ ਬੋਰ ਦੇ ਥਰੂ, ਜਿਸ ਤੋਂ ਬਾਅਦ ਆਪਣਾ ਗਰਾਊਂਡ ਵਾਟਰ ਜਿਹੜਾ ਲੈਵਲ ਹੈ ਉਹ ਹਮੇਸ਼ਾ ਇਨਕਰੀਜ਼ ਹੁੰਦਾ ਰਹੂਗਾ। ਇਹ ਵਿੱਚ ਤੁਸੀਂ ਕਦੇ ਵੀ ਪਾਣੀ ਯੂਜ਼ ਕਰ ਸਕਦੇ ਹੋ। ਠੀਕ ਹੈ, ਇਹਦੇ ਵਿੱਚ ਜਿਹੜਾ ਆਪਾਂ ਪਾਣੀ ਪਾਉਣਾ ਉਹ ਮੀਂਹ ਦਾ ਹੀ ਪਾਉਣਾ, ਬਾਹਰਲਾ ਪਾਣੀ ਤਾਂ ਨਹੀਂ ਪਾ ਸਕਦੇ? ਨਹੀਂ ਸਰ, ਓਨਲੀ ਰੇਨ ਵਾਟਰ, ਓਨਲੀ ਰੇਨ ਵਾਟਰ। ਰੇਨ ਵਾਟਰ ਦਾ ਪਾਣੀ ਪਾ ਸਕਦੇ ਹੋ ਸਿਰਫ? ਔਰ ਉਹ ਵੀ ਮਤਲਬ ਕਿ ਜਿਵੇਂ ਖੇਤਾਂ ਦਾ ਨਹੀਂ ਪਾ ਸਕਦੇ? ਨਹੀਂ ਨਹੀਂ, ਸਿਰਫ ਮੀਂਹ ਦਾ। ਜੀ, ਸਿਰਫ ਮੀਂਹ ਦਾ ਪਾਣੀ ਤੁਸੀਂ ਪਾ ਸਕਦੇ ਹੋ। ਤੈਨੂੰ ਆਪਾਂ ਡੂੰਘਾ ਕਿੰਨਾ ਕਰਨਾ ਹੈਗਾ? ਨਹੀਂ ਸਰ, ਧਰਤੀ ਦੇ ਵਿੱਚ ਕਿੰਨਾ ਡੂੰਘਾ ਲੈ ਕੇ ਜਾ ਸਕਦੇ ਹਾਂ? ਬੋਰ ਤੁਸੀਂ ਕਹਿ ਰਹੇ ਹੋ। ਹਾਂ ਸਰ, ਬੋਰ ਅਕੋਰਡਿੰਗ ਟੂ ਏਰੀਆ ਹੁੰਦਾ ਵਾ। ਤੁਸੀਂ ਕਈ ਏਰੀਆ 'ਚ ਦੇਖੋਗੇ ਜਿੱਥੇ ਜਲਦੀ ਪਾਣੀ ਮਿਲ ਜਾਂਦਾ ਵਾ, ਕਿਤੇ ਨਹੀਂ ਮਿਲਦਾ ਜਲਦੀ। ਜਿਸ ਏਰੀਆ 'ਚ ਪਾਣੀ ਜਲਦੀ ਮਿਲ ਜਾਂਦਾ ਵਾ ਉਸ ਮੁਤਾਬਿਕ ਆਪਾਂ ਬੋਰ ਕਰਦੇ ਹਾਂ। ਆਪਾਂ ਨੂੰ ਉੱਥੇ ਉੱਥੇ ਦਿਖਾਈਏ ਵੀਡੀਓ 'ਚ, ਸੇਮ ਉਹੀ ਆ ਨਾ? ਪਰ ਜੀ ਜੀ ਜੀ, ਉਹੀ ਚੀਜ਼ ਹੈ। ਠੀਕ ਹੈ, ਇੱਥੇ ਦੱਸਿਓ ਮੜਾ ਜਿਹਾ। ਸਰ ਆਪਣਾ ਜਦੋਂ ਪਾਣੀ ਆ ਰਿਹਾ ਵਾ ਇਹ ਆਪਣਾ ਇਨਲੈਟ ਹੈ ਸਰ, ਇਹ ਪਾਣੀ ਇਸ ਪਿੰਡ ਦੇ ਵਿੱਚ ਆ ਰਿਹਾ ਵਾ। ਠੀਕ, ਜਿਹੜਾ ਵੀ ਡਸਟ ਹੋਏਗਾ ਪੱਤੀ ਜਿਹੜੀ ਵੀ ਹੈਗੀ ਆ ਉਹ ਥੱਲੇ ਇੱਥੇ ਬੈਠ ਜਾਏਗੀ। ਇਸ ਤੋਂ ਬਾਅਦ ਇਹ ਆਪਣਾ ਐਸਐਸ ਸਕਰੀਨ ਹੈ, ਇਸ ਤੋਂ ਪਾਣੀ ਫਿਲਟਰ ਹੋਣ ਤੋਂ ਬਾਅਦ ਪਹਿਲਾਂ ਪਾਣੀ ਜਾਊਗਾ, ਉਹ ਵੀ ਸਾਫ਼ ਪਾਣੀ। ਡਸਟ ਉਹਦੇ 'ਚ ਕੋਈ ਕੁਛ ਨਹੀਂ ਜਾਣਾ। ਜਦੋਂ ਇਸ ਪਿੰਡ 'ਤੇ ਜਾਊਗਾ, ਇਸ ਪਿੰਡ 'ਚ ਆਪਣਾ ਸਰ ਫਿਲਟਰੇਸ਼ਨ ਚੈਂਬਰ ਲੱਗਿਆ ਹੋਇਆ, ਫਿਲਟਰੇਸ਼ਨ ਮੀਡੀਆ ਵਾ। ਇਸ ਤਰ੍ਹਾਂ ਆਪਣੇ ਲੇਅਰ ਪਏ ਹੋਏ ਇਹਦੇ 'ਚ ਸਰ, ਜਿਹੜੇ ਗ੍ਰੇਵਲ ਪੇਬਲਸ ਯੂਜ਼ ਕਰਦੇ ਆ ਉਹ ਪਾਣੀ ਫਿਲਟਰ ਹੋਣ ਤੋਂ ਬਾਅਦ ਇਕੱਲੀ ਪਾਣੀ ਜਾਊਗਾ, ਇਕੱਲੀ ਜਿਹੜਾ ਆਪਣਾ ਸਟੋਰੇਜ ਵੈਲ ਹੈ ਅਤੇ ਪਲ ਇਕੱਲੀ ਸਾਫ਼ ਪਾਣੀ ਜਾਊਗਾ, ਜਿਹੜਾ ਇਕੱਲਾ ਸਾਫ਼ ਪਾਣੀ ਜਾਊਗਾ ਇਹਦੇ 'ਚ। ਠੀਕ ਹੈ, ਅਤੇ ਇਸ ਤੋਂ ਬਾਅਦ ਬੋਰ ਦੇ ਥਰੂ ਇਹ ਆਪਣੀ ਵੀ ਪੈਟ ਸਕਰੀਨ ਇੱਥੇ ਲੱਗੀ ਹੋਈ ਹੈ ਸਰ, ਜੋ ਕਿ ਪਾਣੀ ਨੂੰ ਬਰੀਕੀ ਨਾਲ ਸਾਫ਼ ਕਰਦੀ ਹੈ। ਅਤੇ ਉਸ ਤੋਂ ਬਾਅਦ ਸਰ ਪਾਣੀ ਜ਼ਮੀਨ ਦੇ ਵਿੱਚ ਚੱਲ ਜੂਗਾ, ਆਪਣੇ ਥੱਲੇ ਜ਼ਮੀਨ ਦੇ ਵਿੱਚ। ਅਤੇ ਜਦੋਂ ਥੱਲੇ ਤੁਸੀਂ ਦੇਖੋਗੇ ਪਾਣੀ ਜਿੱਥੇ ਪਾਣੀ ਦਾ ਲੈਵਲ ਹੈਗਾ ਵਾ ਇਹ ਸਾਰਾ ਉੱਥੇ ਜਾ ਕੇ ਮਿਕਸ ਹੋ ਜਾਏਗਾ, ਅਤੇ ਤਾਂ ਹੀ ਸਰ ਆਪਾਂ ਸਾਫ਼ ਪਾਣੀ ਪਾ ਸਕਦੇ, ਜ਼ਮੀਨ ਦੇ ਵਿੱਚ ਸਾਫ਼ ਪਾਣੀ ਜਾਵੇ, ਗੰਦਾ ਪਾਣੀ ਨਾ ਜਾਵੇ। ਇਹ ਸਾਰਾ ਬੋਰ ਵਗੈਰਾ ਦਾ ਸਾਰਾ ਪ੍ਰੋਜੈਕਟ ਤੁਸੀਂ ਆਪ ਜੀ 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 ਟੋਟਲ ਪ੍ਰੋਜੈਕਟ ਆਪਾਂ ਲਾ ਕੇ ਦਵਾਂਗੇ? ਕਿੰਨਾ ਕਿੰਨਾ ਖਰਚਾ ਆਉਂਦਾ ਇਸ ਪ੍ਰੋਜੈਕਟ? ਸਰ ਏਰੀਆ ਮੁਤਾਬਿਕ ਹੁੰਦਾ ਵਾ, ਜੇ ਤੁਸੀਂ ਮੰਨ ਕੇ ਚੱਲੋ ਆਪਣਾ 100 ਗਜ਼ ਦਾ ਏਰੀਆ, 200 ਗਜ਼ ਦਾ ਏਰੀਆ ਵਾ, ਉਹ 60-70 ਹਜ਼ਾਰ ਦਾ ਖਰਚਾ ਆਉਂਦਾ ਉਸ ਏਰੀਆ 'ਚ। ਨਹੀਂ, 100 ਗਜ਼ ਕਿਵੇਂ ਲੈ ਰਹੇ ਤੁਸੀਂ ਪਲਾਟ? ਜੀ ਜੀ ਜੀ। ਅੱਛਾ, ਜਿਹੜਾ ਉੱਪਰੋਂ ਆ ਰਿਹਾ ਜੀ ਘਰ ਹੈਗਾ ਵਾ ਉਹਦੇ ਮੁਤਾਬਿਕ, ਜੇ ਤੁਸੀਂ ਵੱਡੀ ਇੰਡਸਟਰੀ ਕੋਈ ਫੈਕਟਰੀ ਹੈ ਉਹਦੇ ਏਰੀਆ ਮੁਤਾਬਿਕ ਹੀ ਬਣਦਾ ਵਾ। ਜਿਹੜੇ ਇਹਦੇ ਵਿੱਚ ਤੁਸੀਂ ਸਕਰੀਨ ਦੱਸੀ ਆ ਹਨਾ ਥੱਲੇ ਲਾਉਣੀ ਫਿਲਟਰ ਕਰ ਲਓ, ਉਹਦੀ ਲਾਈਫ ਕੀ ਹੈ, ਕਿੰਨੇ ਸਮੇਂ ਬਾਅਦ ਉਹ ਖਤਮ ਹੋ ਜਾਂਦੀ ਹੈ? ਤੁਸੀਂ ਕਿਹੜੀ ਵੀ ਸਕਰੀਨ ਲਾ ਦਿਓ ਬਟ ਐਨੂਅਲੀ ਤੁਹਾਨੂੰ ਮੇਨਟੇਨੈਂਸ ਕਰਾਉਣੀ ਪੈਂਦੀ ਹੈ। ਅੱਛਾ, ਠੀਕ ਹੈ, ਉਹ ਐਨੂਅਲੀ ਕਲੀਨ ਕਰਾਉਣੀ ਪੈਗੀ ਉਹਨੂੰ। ਠੀਕ ਹੈ ਜੀ, ਉਹ ਵੀ ਤੁਸੀਂ ਕਰਦੇ ਹੋ ਬਾਅਦ ਵਿੱਚ? ਜੀ, ਉਹ ਵੀ ਕਰਕੇ ਦਿੰਦੇ ਆ ਸਰ। ਪਹਿਲੇ ਆਪੇ 2 ਸਾਲ ਦੀ ਸਰਵਿਸ ਫ੍ਰੀ ਹੈ, ਉਸ ਤੋਂ ਬਾਅਦ ਚਾਰਜ ਬੰਦੇ ਆ। ਤੇ ਕਿੰਨਾ ਖਰਚੇ ਦਾ ਟੋਟਲ ਦੱਸਿਆ? 60-70 ਹਜ਼ਾਰ ਰੁਪਿਆ। ਜੀ ਠੀਕ 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 ਜੀ 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 ਠੀਕ ਹੈ ਜੀ। ਇਹ ਆਪਣਾ ਹੈ ਕਿੱਥੋਂ ਦੀ ਇਹ ਕੰਪਨੀ ਤੁਹਾਡੀ? ਲੁਧਿਆਣਾ ਹੀ ਸਰ? ਇਹ ਆਪਣਾ ਐਮਜੇਕੇ ਨਗਰ ਸਟਰੀਟ ਨੰਬਰ 2 ਨੀਅਰ ਰਾਜ ਸਵਾਮੀ ਸਤੰਗਰ ਲੋਹਾਰਾ ਲੁਧਿਆਣਾ। ਲੁਧਿਆਣੇ ਦੀ ਜੀ ਜੀ। ਓਕੇ ਜੀ, ਤੇ ਦੋਸਤੋ ਵੀ ਜੇ ਤੁਸੀਂ ਇਹ ਪ੍ਰੋਜੈਕਟ, ਚਲੋ ਠੀਕ ਆ ਜੀ, ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਛ ਨਵੀਂ ਜਾਣਕਾਰੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।